ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਅਫੀਸ਼ੀਅਲ ਯੂਟਿਊਬ ਚੈਨਲ ਉੱਪਰ। ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਲਈ ਬੜੀ ਹੀ ਜ਼ਿਆਦਾ ਗਰਵ ਵਾਲੀ ਗੱਲ ਹੈ ਅਤੇ ਇੱਕ ਖੁਸ਼ਖਬਰੀ ਹੈ ਕਿ 10,000 ਪੋਸਟਾਂ ਉਹਨਾਂ ਲਈ ਮਾਨ ਸਾਹਿਬ ਨੇ ਅਨਾਊਂਸ ਕਰ ਦਿੱਤੀਆਂ ਹਨ। ਬਟ ਦੋਸਤੋ, ਤੁਹਾਨੂੰ ਇਹ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ 10,000 ਵੈਕੈਂਸੀਜ਼ ਹਨ ਜੋ ਕੀ ਹਨ, ਉਹਨਾਂ ਦਾ ਸੱਚ ਵੀ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਇਹ ਤਾਂ ਨੋ ਡਾਊਟ ਕਿ 10,000 ਪੋਸਟਾਂ ਦੋਸਤੋ ਇਹ ਨਹੀਂ ਆਉਣੀਆਂ, ਆਉਣਗੀਆਂ ਦੋਸਤੋ, ਬਟ ਕੀ ਹੈ ਇਹ ਕੀ ਹਨ ਇਹਨਾਂ ਬਾਰੇ ਤੁਹਾਨੂੰ ਸਾਰਾ ਪਤਾ ਹੋਣਾ ਜ਼ਰੂਰੀ ਹੈ ਤਾਂ ਜੋ ਖੁਸ਼ਖਬਰੀ ਨੂੰ ਤੁਸੀਂ ਥੋੜ੍ਹੀ ਜਿਹੀ ਹੋਰ ਆਪਦੀ ਇਨਕਰੀਜ਼ ਕਰ ਸਕੋ ਅਤੇ ਤੁਹਾਨੂੰ ਇਹਨਾਂ ਬਾਰੇ ਪੂਰੀ ਪੂਰੀ ਨੌਲੇਜ ਵੀ ਮਿਲ ਸਕੇ। ਤਾਂ ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਬਾਰੇ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਗਗਨਦੀਪ ਸੇਖੋਂ ਅਤੇ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੇ ਬਾਰੇ, ਕਿਉਂਕਿ ਪੰਜਾਬ ਜੀਕੇ ਦੀਆਂ, ਪੰਜਾਬ ਜੋਗ੍ਰਾਫੀ ਦੀਆਂ, ਮਤਲਬ ਕਿ ਤੁਹਾਡਾ ਕੰਟੈਂਟ ਹੈ ਜੋ ਉਹ ਵੱਖਰੀਆਂ ਵੀਡੀਓਜ਼ ਮੈਂ ਪ੍ਰੋਵਾਈਡ ਕਰ ਰਹਾ ਹਾਂ। ਬਟ ਇਸ ਬਾਰੇ ਵੀ ਕਮੈਂਟ ਮੈਨੂੰ ਕਾਫੀ ਆਏ ਹਨ, ਉਸ ਬਾਰੇ ਵੀ ਦੱਸਣਾ ਜ਼ਰੂਰੀ ਹੈ। ਦੋਸਤੋ ਦੇਖੋ, ਸਭ ਤੋਂ ਪਹਿਲਾਂ ਤਾਂ ਮਾਨ ਸਰਕਾਰ ਨੇ 10,000 ਵੈਕੈਂਸੀਜ਼ ਹਨ, ਪੋਸਟਾਂ ਹਨ, ਇਹ ਨਿਕਾਲੀਆਂ ਹੋਈਆਂ ਹਨ, ਤਾਂ ਖੁਸ਼ਖਬਰੀ ਵਾਲੀ ਗੱਲ ਤਾਂ ਹੈ ਦੋਸਤੋ। ਬਟ ਕੀ ਹੈ ਕਿ ਇਹਨਾਂ ਦੀ ਗਿਣਤੀ ਵੱਧ ਸਕਦੀ ਹੈ, ਤਾਂ ਆਪਾਂ ਇਹਨਾਂ ਬਾਰੇ ਗੱਲ ਕਰਦੇ ਹਾਂ ਦੋਸਤੋ। ਤਾਂ ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਦੀਆਂ ਦੋਸਤੋ 10,000 ਵੈਕੈਂਸੀਜ਼ ਆਊਟ ਹੋਈਆਂ ਹਨ। ਤਾਂ ਦੋਸਤੋ, ਇਹ ਇਕੱਲੀਆਂ ਕੌਂਸਟੇਬਲ ਦੀਆਂ ਹੀ ਵੈਕੈਂਸੀਜ਼ ਨਹੀਂ ਆਊਟ ਹੋਈਆਂ, ਮਤਲਬ ਕਿ ਪੰਜਾਬ ਪੁਲਿਸ ਦੇ ਵਿੱਚ ਕਾਫੀ ਡਿਪਾਰਟਮੈਂਟ ਆ ਜਾਣ, ਜਿਸ ਤਰ੍ਹਾਂ ਕਿ ਇੰਸਪੈਕਟਰ ਲੈਵਲ ਦੀ ਪੋਸਟ ਵੀ ਆ ਸਕਦੀ ਹੈ ਦੋਸਤੋ, ਇਸ ਦੇ ਵਿੱਚ ਸਬ ਇੰਸਪੈਕਟਰ ਵੀ ਆ ਸਕਦਾ ਹੈ ਦੋਸਤੋ, ਕੌਂਸਟੇਬਲ, ਹੈੱਡ ਕੌਂਸਟੇਬਲ, ਅਤੇ ਹੋ ਸਕਦਾ ਹੈ ਦੋਸਤੋ DSP ਦੀ ਪੋਸਟ ਇੱਥੇ ਆ ਜਾਵੇ, ਬਟ ਬਾਅਦ ਵਿੱਚ ਕੀ ਹੈ PPSC ਦੇ ਵਿੱਚ ਲੈ ਲਈ ਜਾਵੇ, ਤਾਂ ਇਹ ਉਹਨਾਂ ਦੀ ਗੱਲ ਹੈ। ਬਟ ਦੋਸਤੋ, ਮਾਨ ਸਰਕਾਰ ਨੇ ਇੱਕ ਚੀਜ਼ ਬਹੁਤ ਵਧੀਆ ਕੀਤੀ ਹੈ ਦੋਸਤੋ, ਸਿੱਧੀ ਜੀ ਗੱਲ ਹੈ ਕਿ ਸਾਰੀ ਜੋ ਕਿ ਪੰਜਾਬ ਵਾਲੇ ਹਨ ਲੱਖ ਕਹਿ ਦੇਣ ਕਿ ਮਾਨ ਸਰਕਾਰ ਨੇ ਕੁਝ ਵੀ ਨਹੀਂ ਕੀਤਾ, ਬਟ ਦੋਸਤੋ ਪੋਜ਼ਿਟਿਵਿਟੀ ਰੱਖਣੀ ਹੈ, ਅਤੇ ਇਹ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਵੀ ਕਿਹਾ ਸੀ ਅਤੇ ਇਹ ਤਾਂ ਕਹਿੰਦਾ ਰਹਾਂਗਾ, ਪੋਜ਼ਿਟਿਵ ਅਸੀਂ ਰਹਿਣਾ ਹੈ। ਤਾਂ ਮਾਨ ਸਰਕਾਰ ਸਰਕਾਰੀ ਨੌਕਰੀਆਂ ਲਈ ਕੀ ਹੈ ਮਾੜੀ ਨਹੀਂ ਹੈ, ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਹੈ ਉਸ ਟਾਈਮ ਦੀਆਂ ਮਾਨ ਸਰਕਾਰ ਵੱਲੋਂ ਨੌਕਰੀਆਂ ਕੱਢੀਆਂ ਹੀ ਜਾ ਰਹੀਆਂ ਹਨ ਦੋਸਤੋ, ਕਾਫੀ ਕੈਂਡੀਡੇਟਸ ਗੌਰਮੈਂਟ ਜੋਬ ਪ੍ਰਾਪਤ ਵੀ ਕਰ ਚੁੱਕੇ ਹਨ। ਤਾਂ ਦੋਸਤੋ, ਸਿੱਧੀ ਜੀ ਗੱਲ ਹੈ ਕਿ 10,000 ਵੈਕੈਂਸੀਜ਼ ਹੈ, ਅਤੇ ਤੁਸੀਂ ਕੀ ਆ ਜੇਕਰ ਇਹ ਮੰਨ ਕੇ ਚੱਲੋਗੇ ਕਿ ਸਾਡੀ ਸਿਲੈਕਸ਼ਨ ਹਜੇ ਨਹੀਂ ਹੋਈ, ਹੋ ਸਕਦਾ 10,000 ਦੇ ਵਿੱਚ ਸਿਲੈਕਸ਼ਨ ਹੋ ਜਾਵੇ। ਤਾਂ ਦੋਸਤੋ, ਪੋਸਟਾਂ ਤਾਂ ਜੇਕਰ 5 ਵੀ ਆ ਗਈਆਂ, ਜੇਕਰ ਤੁਹਾਡੀ ਉਹਨਾਂ 'ਚ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਸੀਂ ਉਹਨਾਂ 5 ਨੂੰ ਵੀ ਵਧੀਆ ਕਹੋਗੇ, ਅਤੇ ਜੇਕਰ 10,000 ਦੇ ਵਿੱਚ ਹੋ ਜਾਂਦੀ ਹੈ ਤਾਂ ਤੁਸੀਂ ਇਹਨਾਂ ਨੂੰ ਵਧੀਆ ਕਹੋਗੇ। ਮਤਲਬ ਕਿ ਦੋਸਤੋ, ਇੱਥੇ ਤੁਹਾਡੀ ਤਿਆਰੀ ਦੱਸੇਗੀ ਕਿ ਤੁਹਾਨੂੰ ਕਿਹੜੀ ਪੋਸਟ ਚਾਹੀਦੀ ਹੈ, ਤਾਂ ਇਹ ਤਿਆਰੀ ਦੱਸੇਗੀ ਦੋਸਤੋ। ਤਾਂ ਦੂਜੀ ਗੱਲ ਦੇਖਿਆ ਜਾਵੇ, ਮਾਨ ਸਰਕਾਰ ਨੇ, ਭਗਵੰਤ ਮਾਨ ਜੀ ਨੇ ਇਹ ਕਿਹਾ ਸੀ ਕਿ ਹਰੇਕ ਸਾਲ ਕੀ ਹੈ ਐਵਰੀ ਈਅਰ 1700 ਪੋਸਟ ਆਇਆ ਕਰੇਗੀ ਪੰਜਾਬ ਪੁਲਿਸ ਦੀ,
ਜਿਸ ਤਰ੍ਹਾਂ ਕਿ ਇਸ ਵਾਰ 1746 ਆਈ ਹੈ, ਤਾਂ ਦੇਖੋ ਪਹਿਲਾਂ ਵਾਲੀਆਂ ਸਰਕਾਰਾਂ ਸਨ ਤਾਂ 5 ਸਾਲਾਂ ਲਈ ਕੀ ਆ ਅਸੀਂ ਉਡੀਕਦੇ ਸੀ ਵੀ ਕਦੋਂ 5 ਸਾਲ ਪੂਰੇ ਹੋਣ ਅਤੇ ਕਦੋਂ ਪੰਜਾਬ ਪੁਲਿਸ ਦੀ ਵੈਕੈਂਸੀਜ਼ ਆਊਟ ਹੋਵੇ, ਅਤੇ ਕਾਫੀ ਮੇਰੇ ਭਰਾ ਭੈਣਾਂ ਉਹ ਓਵਰੇਜ ਹੀ ਹੋ ਜਾਂਦੇ ਸਨ। ਬਟ ਇਸ ਵਾਰ ਇੰਨਾ ਤਾਂ ਵਧੀਆ ਹੋਇਆ ਹੈ ਕਿ ਓਵਰਏਜ ਤੁਸੀਂ ਨਹੀਂ ਹੋਵੋਗੇ। ਜਿਨ੍ਹਾਂ ਦਾ ਏਮ ਹੀ ਇਹ ਹੈ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਹੀ ਜੁਆਇਨ ਕਰਨਾ ਹੈ, ਤਾਂ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਖੁਸ਼ਖਬਰੀ ਵਾਲੀ ਗੱਲ ਵੀ ਹੈ ਇਹ 10,000 ਵੈਕੈਂਸੀਜ਼। ਤਾਂ ਦੇਖੋ ਦੋਸਤੋ 1746 ਹੈ ਇਹ, ਮਾਨ ਸਰਕਾਰ ਨੇ ਕਿਹਾ ਸੀ ਕਿ 1700 ਪੋਸਟ ਐਵਰੀ ਈਅਰ ਆਇਆ ਕਰੇਗੀ ਅਤੇ 1746 ਤਾਂ ਪੋਸਟ ਆਈ ਵੀ ਹੈ। ਬਟ ਦੋਸਤੋ ਇੱਕ ਸਭ ਤੋਂ ਪਹਿਲਾਂ ਗੱਲ ਕੀਤੀ ਗਈ ਸੀ ਕਿ 81,000 ਵੈਕੈਂਸੀ ਦੀ ਲੋੜ ਹੈ, ਬਟ ਇਹ ਕੀ ਸੀ ਪੰਜਾਬ ਪੁਲਿਸ ਦੇ ਵਿੱਚ ਪਹਿਲਾਂ ਸੀ ਅਤੇ 10,000 ਹੁਣ ਕਿਹਾ ਗਿਆ ਹੈ। ਤਾਂ ਦੋਸਤੋ ਦੇਖੋ ਟੋਟਲ 91,000 ਪੋਸਟ ਹੋ ਗਈ। ਕਹਿਣ ਦਾ ਮਤਲਬ ਇਹ ਹੈ ਕਿ ਜੋ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਜੁਆਇਨ ਕੀਤਾ ਹੋਇਆ ਹੈ ਉਹਨਾਂ ਦੀ ਹੁਣ ਰਿਟਾਇਰਮੈਂਟ ਵੀ ਏਜ ਹੋ ਗਈ ਹੋਵੇਗੀ, ਅਤੇ ਵੈਕੈਂਸੀ ਜਿਵੇਂ ਜਿਵੇਂ ਖਾਲੀ ਹੋਣਗੀਆਂ ਉਸੇ ਤਰ੍ਹਾਂ ਰਿਕਰੂਟਮੈਂਟ ਆਉਂਦੀ ਰਹੇਗੀ ਅਤੇ ਤੁਹਾਡੀ ਸਿਲੈਕਸ਼ਨ ਉੱਥੇ ਹੁੰਦੀ ਰਹੇਗੀ। ਤਾਂ ਦੋਸਤੋ ਐਵਰੀ ਈਅਰ 1700 ਮਾਨ ਸਰਕਾਰ ਨੇ ਕਿਹਾ ਹੈ, ਤਾਂ 10,000 ਵੈਕੈਂਸੀਜ਼ ਕਰਕੇ ਇਹਨਾਂ ਦੀ ਜੋ ਗਿਣਤੀ ਹੈ ਹੁਣ 2,000 ਵੀ ਹੋ ਸਕਦੀ ਹੈ। ਹੋ ਸਕਦਾ ਹਰੇਕ ਸਾਲ 2,000 ਵੈਕੈਂਸੀਜ਼ ਆਊਟ ਹੋਇਆ ਕਰਨ। ਇਹਨਾਂ ਤਾਂ ਤੁਸੀਂ ਸ਼ਿਓਰ ਹੋ ਜਾਓ ਕਿ ਹਰੇਕ ਸਾਲ ਪੰਜਾਬ ਪੁਲਿਸ ਦੀ ਭਰਤੀ ਆਇਆ ਕਰੇਗੀ। ਤਾਂ ਦੋਸਤੋ ਦੇਖਿਆ ਜਾਵੇ ਤਾਂ ਹੁਣ ਇਹ ਸੀ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਹੈ ਇੰਸਪੈਕਟਰ ਦੀ ਹੋਊਗੀ, ਸਬ ਇੰਸਪੈਕਟਰ ਦੀ ਹੋਊਗੀ ਦੋਸਤੋ, ਕੌਨਸਟੇਬਲ ਦੀ ਹੋਊਗੀ, ਹੈੱਡ ਕੌਨਸਟੇਬਲ ਦੀ ਹੋਊਗੀ, ਅਤੇ ਇੱਕ ਹੋਰ ਜਿਹੜੀ ਇਸ ਵਾਰ ਸੜਕ ਸੁਰੱਖਿਆ ਫੋਰਸ ਬਣਾਈ ਹੋਈ ਹੈ ਉਸ ਦੀਆਂ ਪੋਸਟਾਂ ਹੋ ਗਈਆਂ, ਅਤੇ ETC ਹੋਰ ਵੀ ਜੋ ਪੋਸਟਾਂ ਪੰਜਾਬ ਪੁਲਿਸ ਦੀਆਂ ਹਨ। ਤਾਂ ਦੋਸਤੋ ਸਾਰਿਆਂ ਨੂੰ ਮਿਲਾ ਕੇ ਕੀ ਹੈ 10,000 ਵੈਕੈਂਸੀਜ਼ ਕਹੀ ਹੈ, ਨਾ ਕਿ ਇਕੱਲੀ ਕੌਨਸਟੇਬਲ ਦੀ ਕਹੀ ਹੈ। ਤਾਂ ਇਹ ਤੁਸੀਂ ਧਿਆਨ ਨਾਲ ਸੋਚਣਾ ਹੈ ਦੋਸਤੋ। ਕਾਫੀ ਚੈਨਲ ਵਾਲੇ ਇਹ ਕਹਿ ਰਹੇ ਹਨ ਕਿ ਕੌਨਸਟੇਬਲ ਦੀਆਂ 10,000 ਵੈਕੈਂਸੀਜ਼ ਆ ਗਈਆਂ ਤਾਂ ਆਪਦੀ ਤਿਆਰੀ ਕਰ ਚਲੋ। ਨਹੀਂ ਦੋਸਤੋ, ਪੰਜਾਬ ਪੁਲਿਸ ਦੀਆਂ 10,000 ਵੈਕੈਂਸੀਜ਼ ਹਜੇ ਤੱਕ ਆਈਆਂ ਨਹੀਂ ਹਨ, ਬਟ ਕੀ ਹੈ ਨੋਟੀਫਿਕੇਸ਼ਨ ਮਤਲਬ ਕਿ 81,000 ਦੇ ਵਿੱਚ 10,000 ਪਲੱਸ ਹੋ ਕੇ 91,000 ਪੋਸਟਾਂ ਹੋ ਜਾਣਗੀਆਂ, ਅਤੇ ਹਰੇਕ ਸਾਲ ਨੋਟੀਫਿਕੇਸ਼ਨ ਤੁਹਾਡੀ ਆਉਂਦੀ ਰਹੇਗੀ। ਤਾਂ ਦੋਸਤੋ ਸਿੱਧੀ ਜੀ ਗੱਲ ਹੈ ਕਿ ਤੁਸੀਂ ਆਪਦੀ ਪ੍ਰੈਪਰੇਸ਼ਨ ਜਾਰੀ ਰੱਖੋ, ਕਿਉਂਕਿ ਜੇਕਰ ਤੁਸੀਂ ਪੇਪਰ ਦੇ ਤਿਆਰੀ ਪੂਰੀ ਕੀਤੀ ਹੋਈ ਹੈ ਤਾਂ ਜੋਬ ਵੀ ਤੁਹਾਨੂੰ ਮਿਲ ਜਾਵੇਗੀ। ਤਾਂ ਦੋਸਤੋ ਜੇਕਰ ਤੁਸੀਂ ਤਿਆਰੀ ਹੀ ਨਹੀਂ ਕੀਤੀ ਹੋਈ ਤਾਂ ਇਹ 10,000 ਵੈਕੈਂਸੀ ਵੀ ਤੁਹਾਡੇ ਲਈ ਕਿਸੇ ਕੰਮ ਦੀਆਂ ਨਹੀਂ ਹਨ। ਦੋਸਤੋ ਜੇਕਰ ਤਿਆਰੀ ਕੀਤੀ ਹੈ ਤਾਂ ਇਹ 10,000 ਵੈਕੈਂਸੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀਆਂ ਹਨ, ਤਾਂ ਜੋ ਤੁਸੀਂ ਕੀ ਹੈ ਗੌਰਮੈਂਟ ਜੋਬ ਪ੍ਰਾਪਤ ਕਰ ਸਕੋ। ਤਾਂ ਦੋਸਤੋ ਇਹ ਸੀ ਨਿੱਕੀ ਜੀ ਵੀਡੀਓ, ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ 10,000 ਵੈਕੈਂਸੀਜ਼ 81,000 ਦੇ ਵਿੱਚ ਪਲੱਸ ਹੋ ਕੇ ਆਈ ਹੈ। ਤਾਂ ਇਹ ਬਿਲਕੁਲ ਨਹੀਂ ਸੋਚਣਾ ਕਿ 10,000 ਵੈਕੈਂਸੀਜ਼ ਇੱਕੋ ਵਾਰ ਆਵੇਗੀ, ਨਹੀਂ ਦੋਸਤੋ ਇਹ ਹੌਲੀ ਹੌਲੀ ਆਉਣਗੀਆਂ ਅਤੇ ਥੋੜ੍ਹੀਆਂ ਥੋੜ੍ਹੀਆਂ ਕਰਕੇ ਆਉਣਗੀਆਂ, ਅਤੇ ਹੌਲੀ ਹੌਲੀ ਬੂੰਦ ਬੂੰਦ ਨਾਲ ਜਿਸ ਤਰ੍ਹਾਂ ਘੜਾ ਭਰਦਾ ਹੈ ਉਸੇ ਤਰ੍ਹਾਂ ਇਹ ਪੰਜਾਬ ਪੁਲਿਸ ਦੇ ਵਿੱਚ ਤੁਹਾਨੂੰ ਰੱਖਿਆ ਜਾਵੇਗਾ। ਇੱਕ ਵਾਰ 10,000 ਵੈਕੈਂਸੀਜ਼ ਪੋਸੀਬਲ ਹੀ ਨਹੀਂ ਹੈ, ਕਿਉਂਕਿ ਮਾਨ ਸਰਕਾਰ ਨੇ ਭਗਵੰਤ ਮਾਨ ਜੀ ਨੇ ਇਹ ਕਹਿ ਦਿੱਤਾ ਸੀ ਕਿ ਹਰੇਕ ਸਾਲ 1700 ਪੋਸਟ ਆਵੇਗੀ। ਹਾਂਜੀ ਉਸ ਦੇ ਵਿੱਚ ਥੋੜ੍ਹਾ ਜਿਹਾ ਇਨਕਰੀਜ਼ ਕਰ ਦੇਣਗੇ, ਪੋਸਟ 2,000 ਹੋ ਜਾਵੇਗੀ।
ਤਾਂ ਹਰੇਕ ਸਾਲ 2000 ਮੰਨ ਕੇ ਚੱਲੋ, 2000 ਪੋਸਟ ਤਾਂ ਆਵੇਗੀ ਹੀ ਆਵੇਗੀ, ਤਾਂ ਇਹ ਤਾਂ ਸ਼ਿਓਰ ਹੋ ਜਾਓ ਕਿ ਪੋਸਟਾਂ ਨਹੀਂ ਆਉਣਗੀਆਂ ਇਸ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਆਉਣਗੀਆਂ ਦੋਸਤੋ। ਤਾਂ ਬਸ ਆਪਦੀ ਤਿਆਰੀ ਕੀ ਆ ਤੁਸੀਂ ਪੂਰੀ ਰੱਖੋ, ਤਾਂ ਜੋ ਕੀ ਆ ਕਿਤੇ ਵੀ ਕਮੀ ਨਾ ਆਵੇ ਦੋਸਤੋ ਤੁਹਾਡੀ ਪੋਸਟ ਲੈਣ ਦੇ ਲਈ। ਤਾਂ ਪੋਸਟਾਂ ਕਾਫੀ ਜ਼ਿਆਦਾ ਹਨ ਪੰਜਾਬ ਪੁਲਿਸ ਦੀਆਂ, ਬਟ ਕੀ ਆ ਹੁਣ ਤਿਆਰੀ ਵੀ ਤੁਸੀਂ ਪੂਰੀ ਰੱਖਣੀ ਹੈ। ਤਾਂ ਦੋਸਤੋ ਇਹ ਸੀ ਨਿੱਕੀ ਜੀ ਵੀਡੀਓ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਜਦੋਂ ਤੱਕ ਤੁਹਾਡੀ ਸ਼ਾਮ ਦੀ 7:30 ਵਾਲੀ ਕਲਾਸ ਦੇ ਵਿੱਚ ਪੰਜਾਬ ਭੂਗੋਲ ਦੇ ਕੁਐਸਚਨ ਕਰਾਏ ਜਾਣਗੇ, ਉਸ ਸਮੇਂ ਤੱਕ ਸਤਿ ਸ਼੍ਰੀ ਅਕਾਲ ਜੀ।